ਦੀਵਾਲੀ ਤੇ ਨੌਜਵਾਨ ਨੇ ਆਉਣਾ ਸੀ ਘਰ। ਸਾਊਦੀ ਅਰਬ ਚ ਹੋਈ ਦਰਦਨਾਕ ਮੌਤ, ਨਵੇਂ ਘਰ ਨੂੰ ਦੇਖੇ ਬਿਨਾ ਹੀ ਤੁਰਿਆ ਜਹਾਨੋਂ। ਦੱਸ ਦਈਏ ਕਿ ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿੱਥੇ ਇਹ 5 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਤਾਂ ਆਪਣਾ ਨਵਾਂ ਘਰ ਬਣਾਉਣ ਦਾ ਇਸ ਨੌਜਵਾਨ ਦਾ ਸੁਪਨਾ ਸੀ। ਇਸ ਤੋਂ ਪਹਿਲਾਂ ਹੀ ਇਹ ਨੌਜਵਾਨ ਹੁਣ ਜਹਾਨੋਂ ਤੁਰ ਗਿਆ ਤਾਂ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਇਸ ਨੌਜਵਾਨ ਦਾ ਨਾਮ ਮੇਜਰ ਮਸੀਹ ਸੀ ਤੇ ਇਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਸਾਊਦੀ ਅਰਬ ਦੇ ਵਿੱਚ ਇਹ ਇੱਕ ਟਰਾਲਾ ਡਰਾਈਵਰ ਸੀ ਤੇ ਸੜਕ ਤੇ ਅਚਾਨਕ ਇਸ ਦੇ ਨਾਲ ਹਾਦਸਾ ਹੋ ਗਿਆ, ਜਿਸ ਕਾਰਨ ਇਸ ਦਾ ਟਰਾਲਾ ਪਲਟ ਜਾਂਦਾ ਤੇ ਇਸ ਨੌਜਵਾਨ ਦੀ ਮੌਤ ਹੋ ਗਈ। ਤਾਂ ਪਰਿਵਾਰ ਨੂੰ ਜਿਵੇਂ ਹੀ ਇਸ ਸੰਬੰਧੀ ਜਾਣਕਾਰੀ ਮਿਲੀ, ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਹੁਣ ਆਪਣੇ ਪਿੱਛੇ ਨੌਜਵਾਨ ਪਤਨੀ ਅਤੇ 5.5 ਸਾਲ ਦੀ ਇੱਕ ਧੀ ਛੱਡ ਗਿਆ। ਇਸ ਸੰਬੰਧੀ ਪਰਿਵਾਰ ਨੇ ਦੱਸਿਆ ਕਿ ਇਸਦਾ ਸੁਪਨਾ ਸੀ ਕਿ ਆਪਣਾ ਘਰ ਬਣਾਉਣਾ, ਤਾਂ ਹੁਣ ਨਵੰਬਰ ਦੇ ਵਿੱਚ ਇਸਨੇ ਘਰ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਹਾਦਸਾ ਹੋ ਗਿਆ ਤੇ ਪਰਿਵਾਰ ਨੇ ਹੁਣ ਮ੍ਰਿਤਕ ਦੇ ਵਾਪਸ ਮੰਗਵਾਉਣ ਲਈ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਤਾਂ ਦਰਦਨਾਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ। ਤਾਂ ਪਰਿਵਾਰ ਦੇ ਵੱਲੋਂ ਨਵਾਂ ਘਰ ਪਾ ਲਿਆ ਗਿਆ ਸੀ ਪਰ ਇਹ ਨੌਜਵਾਨ ਇਸ ਨੂੰ ਨਹੀਂ ਦੇਖ ਪਾਇਆ, ਇੱਕ ਹਾਦਸੇ ਦੇ ਵਿੱਚ ਇਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਇਹਨੂੰ 5 ਸਾਲ ਹੋ ਗਈ, ਸਰਬੀ ਅਰਬ ਗਿਆ ਸੀ, ਟਰਾਲਾ ਚਲਾਉਂਦਾ ਸੀਗਾ, ਡਰਾਈਵਰ ਸੀਗਾ। ਨਹੀਂ ਕੋਈ ਪਤਾ ਨਹੀਂ ਲੱਗਾ ਜੀ, ਦੱਸਣ ਵਾਲੇ ਦੱਸਿਆ ਜਾਂ ਵੀਡੀਓ 'ਤੇ ਵੇਖਿਆ ਮਾੜਾ ਜਿਹਾ ਵੀ ਆਹ ਟਰਾਲਾ ਪਲਟਿਆ। ਉੱਥੇ ਥੋੜ੍ਹਾ ਚੱਕੋ ਮੁੰਡਾ ਸੀ, ਉਹਦਾ ਮਾਮਾ ਜੀ ਜਿਹਦੇ ਹੋਏ ਨਾਲ ਉੱਥੇ ਕੰਮ ਕਰਦੇ, ਉਹਨਾਂ ਨੇ ਸਾਨੂੰ ਉੱਥੇ ਦੱਸਿਆ ਇੱਦਾਂ ਗੱਲਬਾਤ ਹੋਈ। 5 ਸਾਲ ਕਿੱਥੇ ਹੋ ਗਿਆ, 5.5 ਸਾਲ ਲਾ। ਪ੍ਰਸ਼ਾਸਨ ਤੋਂ ਇਹੋ ਮੰਗ ਕਰਨੇ ਆ ਜੀ, ਸਾਡੀ ਹੁਣ ਡੈੱਡ ਬਾਡੀ ਹੈਗੀ, ਸਾਨੂੰ ਸਰਕਾਰ ਦਾ ਵੀ ਅਪੀਲ ਆ ਕਿ ਸਾਨੂੰ ਸਾਡੇ ਬੱਚੇ ਦੀ ਬਾਡੀ ਮਿਲ ਜਾਵੇ ਜਲਦੀ ਤੋਂ ਜਲਦੀ। ਦੁੱਖ ਬਹੁਤ ਵੱਡਾ ਸੀਗਾ, ਸਾਰੇ ਨਗਰ ਨੂੰ ਜਾਂ ਸਾਰਾ ਨਗਰ ਮਾਈਕ ਕਰ ਰਿਹਾ ਇੱਦਾਂ ਇੱਦਾਂ ਹੋਏ। ਜੋ ਆਈ ਹੈ 7 ਸਾਲ ਪਹਿਲੇ ਅਸੀਂ ਬੜੀਆਂ ਖੁਸ਼ੀਆਂ ਅਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ। 2018 5 ਮਾਰਚ ਨੂੰ ਵਿਆਹ ਹੋਇਆ। 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ। 2019 ਦੇ ਵਿੱਚ 10ਵੇਂ ਮਹੀਨੇ ਇਹ ਬਾਹਰ ਗਿਆ, ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ। ਜੋ ਗਿਆ ਕਿ ਮੈਂ ਘਰ ਬਣਾ ਲਵਾਂਗਾ, ਫਿਰ ਇੱਕ ਹੀ ਵਾਰ ਮੈਂ ਵਾਪਸ ਜਾਵਾਂਗਾ। ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ, ਲੇਕਿਨ ਐਸਾ ਹੁਣ ਸੁਣਿਆ ਕਿ 10ਵੇਂ ਮਹੀਨੇ ਆਉਣ ਵਾਲਾ ਸੀ। ਪਹਿਲਾਂ ਮੈਂ ਸੁਣਿਆ ਕਿ 7ਵੇਂ 7ਵੇਂ ਮਹੀਨੇ ਆਉਣਾ, ਫਿਰ ਸੁਣਨੇ ਵਿੱਚ 8ਵਾਂ ਮਹੀਨਾ ਚੜ੍ਹਿਆ ਕਿ ਐਸੀ ਮਨ ਭਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ, ਜਿੱਥੇ ਮੌਕੇ 'ਤੇ ਉਹਨਾਂ ਦੀ ਮੌਤ ਹੋ ਗਈ। ਸਾਡੇ ਕੋਲ ਫੋਟੋਆਂ ਆਈਆਂ, ਪਹਿਲਾਂ ਦੇਖ ਕੇ ਫੋਟੋਆਂ ਦੇ ਅਸੀਂ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਉਹਦੀ ਮ੍ਰਿਤੂ ਹੋਈ। ਕੁਛ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਛ ਅਸੀਂ ਕਰ ਸਕਦੇ। ਜੋ ਹੁਣ ਇਹੀ ਗੁਆ ਰਿਹਾ ਕਿ ਜੇ ਸਰਕਾਰ ਚਾਹੇ ਕੁਛ ਕੋਸ਼ਿਸ਼ ਕਰੇ, ਉਪਰਾਲਾ ਕਰੇ, ਕਿ ਉਹ ਇੱਥੇ ਦੀ ਗੌਰਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਦ ਤੋਂ ਜਲਦ ਉਹਦੀ ਮ੍ਰਿਤ ਦੇਹ ਜਿਹੜੀ ਹੈ
ਇੱਥੇ ਉਹਨਾਂ ਦੇ ਪਿੰਡ ਚੈਨੇ ਵੱਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨਾਂ ਦੇ ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਅਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜ਼ਾਂ ਦੇ ਨਾਲ ਜਿਹੜਾ ਉਹ ਕਿ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀਏ, ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਵਿਦਾ ਕਰ ਸਕੀਏ। ਇਹੀ ਹੈ ਕਿ ਸਰਕਾਰ ਦੇ ਅੱਗੇ ਗੁਹਾਰ ਹੈ ਕਿ ਜਲਦ ਤੋਂ ਜਲਦ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇਹ ਨੂੰ ਇੰਡੀਆ ਲਿਆਉਣ ਦੀ, ਸਾਡੀ ਇਹੀ ਉਹਨਾਂ ਅੱਗੇ ਬੇਨਤੀ ਹੈ।